ਇਹ ਤੁਹਾਡੇ ਨਾਲ ਮੂਸੇ ਵਾਲਾ ਕਿਉਂ ਫਸ ਪੈਂਦਾ ਥੋੜੀ ਥੋੜੀ ਦੇਰ ਬਾਅਦ? ਕਈ ਨੂੰ ਆਦਤ ਹੁੰਦੀ ਹੈ ਵੀ ਕਿਸੇ ਦੇ ਕੰਮ 'ਚ ਟੰਗ ਡਾਉਣ ਦੀ, ਹੈ ਨਾ, ਹੁਣ ਕਿਸੇ ਦੇ ਸਿੱਟਣਾ ਤਾਂ ਕੋਈ ਥੱਲੇ ਡਿੱਗ ਜੂਗਾ। ਹਾਂਜੀ ਹਾਂਜੀ, ਇਹਦਾ ਬੜਾ ਲੋਕਾਂ ਨੇ ਜ਼ੋਰ ਲਾਇਆ ਹੋਇਆ, ਲੋਕਾਂ ਨੂੰ ਸਿੱਟਣ 'ਤੇ ਵੀ ਅਤੇ ਮੈਨੂੰ ਸਿੱਟਣ 'ਤੇ ਵੀ। ਤੁਸੀਂ ਵੈਲਪਣਾ ਵੀ ਕਰਦੇ ਨਾ, ਕੋਈ ਵੀ ਗੱਲ ਉਹਦਾ ਖਾਤਮਾ ਐਂਡ ਕਿੱਥੇ ਆ, ਉਹਦਾ ਐਂਡ ਮੜੀ ਜਾਂਦਾ। ਮੈਂ ਟਾਰਗੇਟ ਹਾਂ ਆਬਾਦੀ ਦਾ, ਅੱਜ ਮਰਦਾ ਭਾਵੇਂ ਕੱਲ੍ਹ ਮਰ ਜਾ, ਮੈਨੂੰ ਖੌਫ ਨਹੀਂ ਬਰਬਾਦੀ ਦਾ। ਸਵਾਦ ਲੈਂਦੇ ਆਪਾਂ ਬਸ, ਨਜ਼ਾਰਾ ਬਸ, ਬਾਬੇ ਦੀ ਕਿਰਪਾ ਚੱਲੀ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਸਿੱਧੂ ਤੇ ਕਰਨ ਦੋਵੇਂ ਹੀ ਇੱਕੋ ਗੀਤ ਗਾਉਂਦੇ ਦਿਖਾਈ ਦੇ ਰਹੇ ਸਨ। ਹੁਣ ਫਿਰ ਉਹਨਾਂ ਦੀ ਇੱਕ ਦੋਵਾਂ ਦੀ ਨਾਮੀ ਚੈਨਲ ਨੂੰ ਦਿੱਤੀ ਹੋਈ ਇੰਟਰਵਿਊ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖਣ ਦੇ ਤੁਹਾਨੂੰ ਲੱਗਿਆ ਕਿ ਦੋਵੇਂ ਸਿੰਗਰ ਇੱਕੋ ਸਮੇਂ ਇਕੱਠੇ ਬੈਠ ਕੇ ਹੀ ਇੰਟਰਵਿਊ ਦੇ ਰਹੇ ਹਨ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਉਹਨਾਂ ਦੀ ਇਹ ਵੀਡੀਓ। ਪਰ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਜੇ ਉਹ ਕਹਿੰਦਾ ਵੀ ਉਹਨੂੰ ਹੁਣ ਬੁੱਧੀ ਐਂ ਦਿੱਤੀ ਵੀ ਬਾਈ ਇਹਨੂੰ ਗਾਲੀਆਂ ਕੱਢੀ, ਉਹਨੇ ਗਾਲਾਂ ਕੱਢਣੀਆਂ ਵੀ ਉਹ ਕਹੂਗਾ ਵੀ ਯਾਰ ਇਹੋ ਜਿਹਾ ਨਾ, ਆਪਾਂ ਸਾਰਿਆਂ ਨਾਲ ਖੁਸ਼ ਹਾਂ, ਆਪਾਂ ਨੂੰ ਸਾਰਿਆਂ ਦੀ ਇੱਕੋ ਹੀ ਫੀਲਿੰਗ ਆ ਜੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਜੇ ਤੁਹਾਡੇ ਨਾਲ ਮੂਸੇ ਵਾਲਾ ਕਿਉਂ ਫਸ ਪੈਂਦਾ ਥੋੜ੍ਹੀ ਥੋੜ੍ਹੀ ਦੇਰ ਬਾਅਦ? ਕਈ ਨੂੰ ਆਦਤ ਹੁੰਦੀ ਹੈ ਵੀ ਕਿਸੇ ਦੇ ਕੰਮ 'ਚ ਟੰਗ ਡਾਉਣ ਦੀ, ਹੈ ਨਾ, ਹੁਣ ਕਿਸੇ ਦੇ ਸਿੱਟਣਾ ਤਾਂ ਕੋਈ ਥੱਲੇ ਡਿੱਗ ਜੂਗਾ। ਹਾਂਜੀ ਹਾਂਜੀ, ਇਹਦਾ ਬੜਾ ਲੋਕਾਂ ਨੇ ਜ਼ੋਰ ਲਾਇਆ ਹੋਇਆ, ਲੋਕਾਂ ਨੂੰ ਸਿੱਟਣ 'ਤੇ ਵੀ ਅਤੇ ਮੈਨੂੰ ਸਿੱਟਣ 'ਤੇ ਵੀ, ਹੈ ਨਾ, ਜਾਂ ਜੋ ਵੀ ਆ। ਪਰ ਮੈਂ ਆਪਦੇ ਮੂੰਹੋਂ ਨਹੀਂ ਕੁਛ ਵੀ ਕਹੂੰਗਾ, ਇਹ ਤਾਂ ਹੁਣ ਲੋਕਾਂ ਦਾ ਫੈਸਲਾ, ਜਿਹਨੂੰ ਜਿੱਦਾਂ ਦਾ ਲੱਗਦਾ ਨਾ। ਪਰ ਹੁਣ ਅਸੀਂ ਵੀ ਸਵਾਦ ਲੈਂਦੇ ਆਪਾਂ ਬਸ, ਨਜ਼ਾਰਾ ਬਸ, ਬਾਬੇ ਦੀ ਕਿਰਪਾ ਚੱਲੀ ਜਾਂਦਾ, ਬਸ ਅਸੀਂ ਤੁਰੇ ਜਾਈਏ ਹੌਲੀ ਹੌਲੀ। ਬਹੁਤ ਲੋਕ ਹੁੰਦੇ ਨੇ ਤੁਹਾਨੂੰ ਜੱਜ ਕਰਦੇ ਨੇ ਵੀ ਇਹ ਬੰਦਾ ਦੇਖਣ ਨੂੰ ਇੱਦਾਂ ਵਾਲਾ ਦਿਖਾ ਨਹੀਂ ਇਹੋ ਜਿਹਾ ਹੋਊਗਾ, ਪਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਤੁਹਾਡੇ ਨਾਲ ਲਾਈਫ ਦੇ ਵਿੱਚ ਕੀ ਹੋਇਆ। ਮੈਂ ਜਜਮੈਂਟਲ ਤਾਂ ਹੋਣਾ ਨਹੀਂ ਚਾਹੀਦਾ। ਹਾਂ, ਨਹੀਂ ਹੋਣਾ ਚਾਹੀਦਾ ਜੀ। ਇਹ 'ਤੇ ਵੀ ਮੈਂ ਦੋ ਲੈਣਾ ਲਿਖੀਆਂ ਸੀ। ਹੋਣ ਦਿਓ। ਕਹਿੰਦਾ ਕੋਈ ਖਾਸ ਏਮ ਨਹੀਂ ਜ਼ਿੰਦਗੀ ਦਾ, ਮੈਂ ਟਾਰਗੇਟ ਹਾਂ ਆਬਾਦੀ ਦਾ, ਅੱਜ ਮਰਦਾ ਭਾਵੇਂ ਕੱਲ੍ਹ ਮਰ ਜਾ, ਮੈਨੂੰ ਖੌਫ ਨਹੀਂ ਬਰਬਾਦੀ ਦਾ। ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ, ਜਿਵੇਂ ਬਸ ਤੁਰਿਆ ਜਾਂਦਾ ਟਾਰਗੇਟ ਟੂਰਗੇਟ ਨਹੀਂ ਹੈਗਾ। ਅਸੀਂ ਤਾਂ ਕਹਿੰਦੇ ਵੀ ਤੁਹਾਡਾ ਵਧੀਆ ਕੰਮ ਚੱਲਿਆ, ਤੁਸੀਂ ਚਲਾਓ ਰਾਈਟ, ਤੁਸੀਂ ਐਵੇਂ ਸਟੇਜਾਂ ਜਾ ਕੇ ਥਾਪੀਆਂ ਮਾਰਦੇ ਹੋ, ਤੁਸੀਂ ਲੋਕਾਂ ਨੇ ਕਹਿੰਦਾ ਕਬੱਡੀ ਥੋੜ੍ਹੀ ਪਾਉਣਾ ਹੈ। ਹਾਂ, ਤੁਸੀਂ ਗਾਓ ਵੀਰੇ, ਤੁਸੀਂ ਐਂਟਰਟੇਨ ਕਰੋ ਲੋਕਾਂ ਨੂੰ, ਰਾਈਟ? ਨਹੀਂ ਨਹੀਂ ਪਰ ਫਿਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਕਹਿਣ ਯਾਰ ਇਹ ਕੰਮ ਸੂਤ, ਆਪਾਂ ਵੀ ਕਰਕੇ ਦੇਖੀਏ, ਦੱਸੋ ਵਲਾਂ ਕਿੰਨਾ ਕਿੱਥੇ ਕੁ ਤੱਕ ਗਰਾਰੀ ਫਸਦੀ ਹੈ। ਬਥੇਰੀ ਫਸਦੀ ਹੈ, ਲੱਖਾਂ 'ਚ ਫਸਦੀ ਹੈ ਜੀ ਜਦੋਂ ਫਸਣ 'ਤੇ ਆ ਜੇ। ਪਰ ਵੀ ਇਹਦਾ ਆਪਦੇ ਹਿਸਾਬ ਦਾ ਰੱਖਣੇ ਵੀ, ਪੈਰ ਛੱਡਣੇ ਆ ਕਿ ਨਹੀਂ ਛੱਡਣੇ। ਹੁਣ ਪੈਸਾ ਪੂਸਾ ਤਾਂ ਥੋੜ੍ਹੀ ਹੈ ਜੀ, ਕੋਈ ਸਾਰਾ ਕੁਛ ਪੈਸਾ ਥੋੜ੍ਹੀ ਹੁੰਦਾ ਜੀ ਪੈਸਾ। ਹੁਣ ਲੋਕ ਕਹਿੰਦੇ ਵੀ ਤੁਸੀਂ ਜਵਾਬ ਦਿੱਤਾ ਪਹਿਲਾਂ, ਹੁਣ ਇਹਦਾ ਵੀਰੇ ਮੈਂ ਮੇਰਾ ਕੰਮ ਲਿਖਣਾ, ਅਤੇ ਜਿਹੜੇ ਗਾਣੇ 'ਤੇ ਉਹਨੇ ਕਿਹਾ ਵੀ ਮੈਨੂੰ ਇੱਦਾਂ ਕਿਹਾ ਜਾਂ ਉੱਦਾਂ ਕਿਹਾ, ਉਹਦਾ ਗਾਣਾ ਮੈਂ ਲਿਖਿਆ ਵੀ ਨਹੀਂ ਸੀ, ਪਹਿਲੀ ਗੱਲ ਤਾਂ ਰਾਈਟ। ਇਹਦਾ ਹੁਣ ਐਂ ਹੋ ਗਿਆ ਵੀ ਬਿਨਾਂ ਗੱਲੋਂ ਜਾ ਕੇ ਵੀ ਮੋਦੀ ਲੜਾਈ ਲੈਣੀ, ਅਤੇ ਹੁਣ ਗਾਣੇ ਹੁਣ ਮੈਂ ਵੀ ਕਾਹਨੂੰ ਜੀ ਇੱਥੇ ਬਹਿ ਕੇ, ਤੁਹਾਨੂੰ ਪਤਾ ਹੀ ਆ ਬੋਲਣਾ, ਕੋਈ ਚੱਕਰ ਨਹੀਂ, ਆਪਾਂ ਬਾਈ ਨੂੰ ਜ਼ਰੂਰ ਮਿਲਾਂਗੇ, ਜੇ ਮੌਕਾ ਮਿਲਾ ਤਾਂ ਉਹਦੇ ਨਾਲ ਗਲਾ ਸ਼ਿਕਵਾ ਪੂਰਾ ਕਰਾਂਗੇ ਵੀ ਦੱਸੋ ਬਾਈ ਬੈਠ ਕੇ ਵੀ ਕੀ ਚੱਕਰ ਹੈ। ਕੰਮ ਸਾਰਿਆਂ ਨਾਲ ਕਰਾਂਗੇ, ਕੰਮ ਦੇ ਰਿਲੇਟਡ ਕੋਈ ਨਹੀਂ ਹੈਗਾ, ਪੈਸੇ ਕਰਕੇ ਨਹੀਂ ਕੰਮ ਕਰਨਾ। ਬਹੁਤ ਘੈਂਟ ਲਿਖਦਾ, ਬਹੁਤ ਵਧੀਆ ਗਾਉਂਦਾ, ਪਰ ਥੋੜ੍ਹਾ ਜਿਹਾ ਈਗੋ ਥੱਲੇ ਰਹਿਣੀ ਚਾਹੀਦੀ ਹੈ। ਬਹੁਤ ਚੱਕੀ ਫਿਰਦੇ ਜੀ ਪੈਸਾ, ਜਿਹੜਾ ਇਹਦਾ ਖਾਤਮਾ ਹੈ ਉਹ ਮੌਤ ਹੈ। ਜੇ ਤੁਸੀਂ ਵੈਲਪਣਾ ਵੀ ਕਰਦੇ ਹੋ ਕੋਈ ਵੀ ਗੱਲ, ਉਹਦਾ ਖਾਤਮਾ ਐਂਡ ਕਿੱਥੇ ਆ, ਉਹਦਾ ਐਂਡ ਮੜੀਆਂ ਦਾ ਜੀ। ਇਹ ਸਾਰਿਆਂ ਨੂੰ ਪਤਾ, ਇਹਦੀ ਸੱਚਾਈ ਹੈ। ਇਹ ਸੱਚ ਕੌੜਾ ਸੱਚ ਲਾ ਲਓ, ਮਿੱਠਾ ਸੱਚ ਲਾ ਲਓ, ਪੁੱਠੀ ਕੰਮਾਂ ਦਾ ਦੇਣਾ ਉਹਦਾ ਮਾੜੇ ਦਾ ਨਤੀਜਾ ਮਾੜਾ, ਚੰਗੇ ਦਾ ਨਤੀਜਾ ਚੰਗਾ, ਹੈ ਨਾ ਜੀ। ਇਹ ਥੀਰੀ ਨਾਲ ਚੱਲਦੇ ਆਏ ਹਾਂ। ਕਦੇ ਰੱਬ ਕਰੇ ਇਹੋ ਜਿਹਾ ਟਾਈਮ ਲਿਆ ਵੀ ਜੋ ਤੁਸੀਂ ਵੀ ਕਹੋ ਵੀ ਵਧੀਆ। ਬਿਲਕੁਲ ਬਿਲਕੁਲ ਨਹੀਂ ਰਹੀ, ਮੈਂ ਗੱਲਾਂ ਪੂਰਾ ਸਹਿਮਤ ਹਾਂ, ਮੈਂ ਵੀ ਨਹੀਂ ਕਹਿੰਦਾ ਵੀ ਮੈਂ ਬਹੁਤ ਵਧੀਆ ਗੀਤ ਲਿਖਦਾ। ਕੋਈ ਗੱਲ ਨਹੀਂ, ਚੰਗੇ ਮਾੜੇ ਲੋਕ ਕਮਿਊਨਿਟੀ 'ਚ ਹੁੰਦੇ ਨੇ, ਸਾਰੇ ਨਹੀਂ ਹੁੰਦੇ, ਆਪਣੀ ਮਿਹਨਤ ਕਰਕੇ ਆਏ ਆ ਸਾਰੇ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਵੀ ਇੱਕ ਵਾਰ ਲੱਗਿਆ ਹੋਵੇਗਾ ਕਿ ਇਹ ਸੱਚ ਹੈ, ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਦੋਵਾਂ ਦੀ ਇੱਕ ਨਾਮੀ ਚੈਨਲ ਨੂੰ ਦਿੱਤੀ ਹੋਈ ਇੰਟਰਵਿਊ ਦੀ ਇੱਕ ਨਹੀਂ ਬਲਕਿ ਦੋ ਵੀਡੀਓਜ਼ ਹਨ, ਜਿਨ੍ਹਾਂ ਨੂੰ ਕਿਸੇ ਵੱਲੋਂ ਅਜਿਹੇ ਢੰਗ ਨਾਲ ਐਡਿਟ ਕੀਤਾ ਗਿਆ ਕਿ ਇਹ ਇੱਕ ਵੀਡੀਓ ਦੇ ਨਾਂ ਨਾਲ ਅਜਿਹਾ ਲੱਗਦਾ ਹੈ ਕਿ ਵੀਡੀਓ ਵਿੱਚ ਦੋਵੇਂ ਇਕੱਠੇ ਇੱਕ ਦੂਸਰੇ ਸਾਹਮਣੇ ਬੈਠ ਇੰਟਰਵਿਊ ਦੇ ਰਹੇ ਹੋਣ। ਕੀ ਇਸ ਵੀਡੀਓ ਨੂੰ ਦੇਖ ਇਸੇ ਤਰ੍ਹਾਂ ਤੁਸੀਂ ਵੀ ਦੋਵੇਂ ਸਿੰਗਰਾਂ ਨੂੰ ਇਕੱਠੇ ਬੈਠੇ ਦੇਖਣਾ ਚਾਹੁੰਦੇ ਹੋ ਜਾਂ ਨਹੀਂ? ਆਪਣੇ ਕਮੈਂਟਸ ਕਰ ਜ਼ਰੂਰ ਦੱਸਣਾ। ਇਸ ਦੇ ਨਾਲ ਇਸੇ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।